ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ, ਵਿਨਿਅਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਉਂ ਤੋਂ। ਕੀ ਤੁਸੀਂ ਇੱਕ ਅੱਛੇ ਸੈਂਟਰ ਦੀ ਖੋਜ ਵਿੱਚ ਹੋ ਜਿੱਥੇ ਤੁਸੀਂ ਆਇਲਸ ਜਾਂ ਪੀਟੀ ਕਰ ਸਕਦੇ ਹੋ ਵਿਦ ਹਾਇਰ ਬੈਂਡਸ, ਔਰ ਇੱਕ ਮਹੀਨੇ ਦੇ ਵਿੱਚ ਤੁਹਾਡਾ ਟਾਰਗੇਟ ਹੈ ਆਇਲਸ ਜਾਂ ਪੀਟੀ ਨੂੰ ਕਲੀਅਰ ਕਰਨ ਦਾ, ਤਾਂ ਵਿਨਿਅਰ ਇੰਗਲਿਸ਼ ਹੈ ਨਾ। ਇੱਕ ਵਾਰ ਵਿਨਿਅਰ ਇੰਗਲਿਸ਼ 'ਤੇ ਆਓ ਔਰ ਇੱਥੋਂ ਦਾ ਐਕਸਪੀਰੀਅੰਸ ਕਰੋ, ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ PhD ਇੰਗਲਿਸ਼ ਟ੍ਰੇਨਰ ਨੇ ਸਾਡੇ ਕੋਲ। ਇਸ ਤੋਂ ਇਲਾਵਾ ਪਰਫੈਕਟ ਐਨਵਾਇਰਮੈਂਟ ਹੈ ਜਿੱਥੇ ਤੁਸੀਂ ਪੜ੍ਹ ਸਕਦੇ ਹੋ। ਬੇਟੀਆਂ ਵਾਸਤੇ ਖਾਸ ਕਰਕੇ ਸਾਡਾ ਸੈਂਟਰ ਬਹੁਤ ਸੇਫ ਹੈ। ਅਸੀਂ ਇਸ ਚੀਜ਼ ਨੂੰ ਮੇਕ ਸ਼ੋਰ ਕਰਦੇ ਹਾਂ ਕਿ ਅਗਰ ਬੱਚੀਆਂ ਸਾਡੇ ਸੈਂਟਰ 'ਤੇ ਆਉਂਦੀਆਂ ਤਾਂ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ, ਪੇਰੈਂਟਸ ਨੂੰ ਪਿੱਛੇ ਕੋਈ ਫਿਕਰ ਨਾ ਹੋਵੇ। ਐਵਰੀ ਡੇ ਅਸੀਂ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਜੋ ਕਿ ਮਟੀਰੀਅਲ ਘਰ ਲੈ ਕੇ ਜਾ ਸਕਦੇ ਹੋ। ਨੋਰਮਲ ਕੀ ਹੁੰਦਾ ਹੈ ਕਿ ਮਟੀਰੀਅਲ ਦਿੱਤਾ ਜਾਂਦਾ ਹੈ ਫਿਰ ਵਾਪਸ ਲੈ ਲਿੱਤਾ ਜਾਂਦਾ ਹੈ। ਵਿਨਿਅਰ ਇੰਗਲਿਸ਼ 'ਤੇ ਤੁਹਾਨੂੰ ਮਟੀਰੀਅਲ ਦਿੱਤਾ ਜਾਏਗਾ ਔਰ ਤੁਸੀਂ ਉਹ ਘਰ ਲੈ ਜਾਓਗੇ। ਐਟ ਦ ਐਂਡ ਆਫ ਮੰਥ ਇੰਨੀ ਸਾਰੀ ਤੁਹਾਡੀ ਖੁਦ ਦੀ ਲਾਇਬ੍ਰੇਰੀ ਇਕੱਠੀ ਹੋ ਜਾਏਗੀ। ਸਾਡਾ ਫੋਕਸ ਇਹਦੇ ਪਿੱਛੇ ਇਹ ਹੈ ਕਿ ਤੁਸੀਂ 4-5 ਘੰਟੇ ਸਾਡੇ ਸੈਂਟਰ 'ਤੇ ਪੜ੍ਹੋ। ਮੰਨ ਲਓ ਅਗਰ ਤੁਹਾਡੇ 40 ਦੇ ਵਿੱਚੋਂ 28 ਜਾਂ 30 ਸਕੋਰ ਆ ਰਿਹਾ ਹੈ, ਤਾਂ ਉਹ 10 ਜਾਂ 12 ਸਕੋਰ ਕਿੱਥੇ ਹੈ ਉਸਨੂੰ ਤੁਸੀਂ ਘਰ ਜਾ ਕੇ ਵੀ ਐਨਾਲਾਈਜ਼ ਕਰੋ। ਅਗੇਨ ਤੁਸੀਂ ਸਾਡਾ ਦਿੱਤਾ ਹੋਇਆ ਮਟੀਰੀਅਲ ਘਰ ਰੀਅਟੈਂਪਟ ਕਰ ਸਕਦੇ ਹੋ, ਕਿਹੜੀ ਕੁਐਸਚਨ ਟਾਈਪ ਦੇ ਵਿੱਚ ਇਸ਼ੂ ਆ ਰਿਹਾ ਉਸਨੂੰ ਦੇਖ ਸਕਦੇ ਹੋ। ਐਵਰੀ ਵੀਕ ਸੈਟਰਡੇ ਸਾਡਾ ਪ੍ਰੀ ਆਇਲਸ ਹੁੰਦਾ ਹੈ। ਅਗਰ ਤੁਸੀਂ ਉਹ ਪ੍ਰੀ ਆਇਲਸ ਅਟੈਂਪਟ ਕਰਦੇ ਹੋ, ਬਿਲਕੁਲ ਐਗਜੈਕਟ ਆਇਲਸ ਵਰਗਾ ਹੁੰਦਾ ਹੈ। ਪ੍ਰੀ PT ਵੀ ਅਸੀਂ ਸ਼ੁਰੂ ਕਰ ਚੁੱਕੇ ਹਾਂ ਕਿ ਉਹ ਬਿਲਕੁਲ PT ਵਰਗਾ ਤੁਹਾਨੂੰ ਐਕਸਪੀਰੀਅੰਸ ਮਿਲਦਾ ਹੈ। ਸੋ ਅਗਰ ਤੁਸੀਂ ਇੱਥੇ ਆਉਂਦੇ ਹੋ, ਉਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਹੋ, ਤਾਂ ਤੁਸੀਂ ਫੀਲ ਕਰੋਗੇ ਕਿ 1 ਜਾਂ 1.5 ਮਹੀਨਾ ਬਹੁਤ ਹੁੰਦਾ ਹੈ ਆਇਲਸ ਜਾਂ PT ਦੀ ਤਿਆਰੀ ਕਰਨ ਵਾਸਤੇ। ਸੋ ਸਾਰੇ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਕਿ ਫਸਟ ਅਟੈਂਪਟ ਦੇ ਵਿੱਚ ਆਇਲਸ ਜਾਂ PT ਅਟੈਂਪਟ ਕਰਨਾ ਚਾਹੁੰਦੇ ਹੈ, ਇੱਕ ਵਾਰ ਵਿਨਿਅਰ ਇੰਗਲਿਸ਼ 'ਤੇ ਆਓ, ਡੈਮੋ ਲਓ। ਸਿਰਫ 7500 ਦੇ ਵਿੱਚ ਅਸੀਂ ਤੁਹਾਨੂੰ ਆਇਲਸ ਐਂਡ PTE ਪ੍ਰੋਵਾਈਡ ਕਰ ਰਹੇ ਹਾਂ। ਤੁਸੀਂ ਆਓ ਔਰ ਇਸ ਚੀਜ਼ ਨੂੰ ਐਕਸਪੀਰੀਅੰਸ ਕਰੋ। ਸਾਡਾ ਸੈਂਟਰ ਰਾਏਕੋਟ ਰੋਡ 'ਤੇ, ਵਿਨਿਅਰ ਇੰਗਲਿਸ਼, ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ, ਜਗਰਾਓਂ। ਔਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਐਟ 7973160270। ਥੈਂਕ ਯੂ।